ਦੇਖੋ ਬੇਟਾ ਐਮਏ ਪੰਜਾਬੀ ਦੇ ਸਟੂਡੈਂਟਸ ਤੁਹਾਡੇ ਆਪਣੇ ਮੈਮ ਗੁਜਿੰਦਰ ਮੈਮ ਤੁਹਾਡੇ ਲਈ ਵੀਡੀਓ ਬਣਾ ਰਹੀ ਨੇ ਤੁਹਾਡੇ 3rd ਸੈਮੈਸਟਰ ਲਈ ਕਿਉਂਕਿ ਆਉਣ ਵਾਲਾ 3rd ਸੈਮੈਸਟਰ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬਹੁਤ ਛੋਟਾ ਹੋਣ ਵਾਲਾ ਹੈ ਤੇ ਕਾਫੀ ਲੈਂਥੀ ਹੋ ਜਾਂਦਾ ਕਿਉਂਕਿ ਸਾਡੇ ਕੋਲ 5 ਪੇਪਰ ਹੁੰਦੇ ਨੇ ਤੇ ਇਸ ਲਈ ਥੋੜਾ ਜਿਹਾ ਤੁਹਾਡਾ ਇਹਦੇ 'ਚ ਫਾਇਦਾ ਹੋ ਜਾਏਗਾ ਜਦੋਂ ਤੁਹਾਡੇ ਕੋਲ ਇਹ ਮਟੀਰੀਅਲ ਤੁਹਾਡੇ ਫੋਨ 'ਚ ਸੇਵ ਹੋਏਗਾ ਕਿ ਤੁਸੀਂ ਇਹਨੂੰ ਘਰ ਬੈਠ ਕੇ ਵੀ ਦੇਖ ਸਕਦੇ ਹੋ ਕਿ ਕੀ ਹੈ ਨਾ ਕੁਐਸਚਨ 'ਚ ਕੀ ਹੈ ਐਸ ਪੇਪਰ 'ਚ ਇਹੜਾ ਪੇਪਰ ਹੈ 14th ਪੇਪਰ ਹੈ ਜਿਹਨੂੰ ਆਪਾਂ ਲੈਂਗੁਇਸਟਿਕ ਵਾਲਾ ਪੇਪਰ ਕਹਿੰਦੇ ਆ ਤੇ ਇਹਦੇ ਜਿਹੜਾ ਪਹਿਲੇ ਪਹਿਲੇ ਯੂਨਿਟ ਹੈ ਨਾ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਕਿਹਦੇ ਨਾਲ ਸੰਬੰਧਿਤ ਹੈ ਉਹ ਜਿਹਦੇ ਨਾਲ ਸੰਬੰਧਿਤ ਹੈ ਉਹ ਪਹਿਲਾ ਪਹਿਲਾ ਯੂਨਿਟ ਜੋ ਹੈ ਭਾਸ਼ਾ ਨਾਲ ਸੰਬੰਧਿਤ ਹੈ ਤੇ ਭਾਸ਼ਾ ਦਾ ਜਿਹੜਾ ਇਹਦੇ ਚ ਕੁਐਸਚਨ ਬਣ ਜਾਂਦਾ ਹੈ ਤੁਹਾਡੇ ਕੋਲ ਕਿ ਭਾਸ਼ਾ ਦੀ ਪਰਿਭਾਸ਼ਾ ਕੀ ਹੈ ਭਾਸ਼ਾ ਦੇ ਲੱਛਣ ਕੀ ਹੁੰਦੇ ਨੇ ਤੇ ਭਾਸ਼ਾ ਦੀ ਪ੍ਰਕਿਰਤੀ ਬਾਰੇ ਗੱਲ ਕਰੋ ਪ੍ਰਕਿਰਤੀ ਬਾਰੇ ਗੱਲ ਬਿਟ ਦੇਖੋ ਪਿਛਲੇ ਵਾਲਾ ਜਿਹੜਾ ਅਸੀਂ ਲੋਡ ਕੀਤੀ ਸੀ ਨਾ ਜਿਹੜੀ ਹੈ ਜਦੋਂ ਪਹਿਲੀ ਵੀਡੀਓ ਉਹਦੇ ਚ ਤੁਹਾਨੂੰ ਦੱਸ ਦਿੱਤਾ ਹੈ ਕਿ ਭਾਸ਼ਾ ਪਰ ਫਿਰ ਵੀ ਥੋੜਾ ਜਿਹਾ ਲਿੰਕ ਜੋੜਦੇ ਹੋਏ ਤੁਹਾਨੂੰ ਦੱਸਦੇ ਆ ਕਿ ਭਾਸ਼ਾ ਦੀ ਜਿਹੜੀ ਨੇਚਰ ਹੁੰਦੀ ਹੈ ਨਾ ਉਹ ਕੀ ਹੁੰਦੀ ਹੈ ਭਾਸ਼ਾ ਦੀ ਨੇਚਰ ਕੀ ਹੁੰਦੀ ਹੈ ਕਿ ਸਿਰਫ ਤੁਸੀਂ ਇਹਨੂੰ ਨਾ ਸਮਾਜ ਵਿੱਚ ਰਹਿ ਕੇ ਹੀ ਸਿੱਖ ਸਕਦੇ ਹੋ ਤੇ ਦੂਜੀ ਗੱਲ ਕੀ ਹੈ ਇਹਦੀ ਕਿ ਮਨੁੱਖ ਨੇ ਜਿਹੜੀ ਭਾਸ਼ਾ ਹੈ ਨਾ ਉਹ ਆਪ ਬਣਾਈ ਹੈ ਭਾਸ਼ਾ ਅੰਦਰ ਇੱਕ ਸਿਸਟਮ ਕੰਮ ਕਰਦਾ ਹੈ ਨਾ ਕਿ ਭਾਸ਼ਾ ਦਾ ਆਧਾਰ ਜੋ ਹੈ ਮਨੁੱਖੀ ਤਜਰਬਾ ਹੁੰਦੇ ਆ ਸਾਡੇ ਤਜਰਬੇ ਦੇ ਨਾਲ ਜਿਹੜੀ ਹੈ ਨਾ ਇਹ ਲੈਂਗੁਏਜ ਜਿਹੜੀ ਹੈ ਅੱਗੇ ਵਧ ਰਹੀ ਹੈ ਤੇ ਹੋਰ ਕੀ ਦੇ ਨਾਲ ਸੰਬੰਧਿਤ ਹੁੰਦੀ ਹੈ ਸਾਡੇ ਬਿਹੇਵੀਅਰ ਨਾਲ ਸੰਬੰਧਿਤ ਹੁੰਦੀ ਹੈ ਲੈਂਗੁਏਜ ਇਸ ਰਿਲੇਟਡ ਟੂ ਹਿਊਮਨ ਬਿਹੇਵੀਅਰ ਫਿਰ ਹੋਰ ਕੀ ਦੇ ਨਾਲ ਲੈਂਗੁਏਜ ਇਸ ਸਿਸਟਮ ਆਫ ਸਿੰਬल्स ਇਹ ਚਿੰਨਾ ਦਾ ਪ੍ਰਬੰਧ ਹੁੰਦੀ ਹੈ ਲੈਂਗੁਏਜ ਕਿਉਂਕਿ ਇਹ ਸਾਰੇ ਜਿਹੜੀਆਂ ਆਪਾਂ ਪੰਜਾਬੀ ਚ ਜਿਹੜੇ ਤੁਸੀਂ ਪੰਜਾਬੀ ਚ ਲਗਾ ਲਓ ਹਿੰਦੀ ਚ ਅੰਗਰੇਜ਼ੀ ਚ ਜਿਹੜੇ ਤੁਸੀਂ ਅੱਖਰ ਦੇਖਦੇ ਹੋ ਨਾ ਇਹ ਸਾਰੇ ਚਿੰਨ ਨੇ ਇਹ ਕੀ ਨੇ ਸਾਰੇ ਦੇ ਸਾਰੇ ਚਿੰਨ ਨੇ ਤੇ ਸਾਰੀਆਂ ਲੈਂਗੁਏਜ ਜਿਹੜੀਆਂ ਹੁੰਦੀਆਂ ਨੇ ਉਹ ਚਿੰਨਾ ਦਾ ਪ੍ਰਬੰਧ ਹੁੰਦੀਆਂ ਨੇ ਰਿਟਰਨ ਰੂਪ ਵਿੱਚ ਬੋਲਣ ਵਾਲੇ ਰੂਪ ਵਿੱਚ ਨਹੀਂ ਰਿਟਰਨ ਰੂਪ ਵਿੱਚ ਤੇ ਜੇ ਅਸੀਂ ਕੀ ਕਵਾਂਗੇ ਕਿ ਇਹਦਾ ਨਾ ਫਿਰ ਭਾਸ਼ਾ ਦਾ ਜਿਹੜਾ ਨਾ ਕੁਦਰਤੀ ਪੱਖ ਕੀ ਹੈ ਕਿ ਨੇਚਰਲ ਪੱਖ ਕੀ ਹੈ ਜੇ ਮਨੁੱਖ ਨੇ ਆਪ ਬਣਾਈ ਹੈ ਨਾ ਫਿਰ ਇਹਦਾ ਕੁਦਰਤੀ ਪੱਖ ਕੀ ਹੈ ਕੀ ਹੈ ਇਹਦਾ ਕੁਦਰਤੀ ਪੱਖ ਕਿ ਜੇ ਭਾਸ਼ਾ ਮਨੁੱਖ ਨੇ ਆਪ ਬਣਾਈ ਫਿਰ ਇਹਦਾ ਕੁਦਰਤੀ ਪੱਖ ਕੀ ਹੈ ਕਿ ਮਨੁੱਖ ਨੂੰ ਨਾ ਜਿਹੜੀ ਬੋਲਣ ਵਾਲੀ ਸ਼ਕਤੀ ਹੈ ਜਿਹੜੇ ਆਰਗਨਸ ਨੇ ਉਹ ਤੇ ਕੁਦਰਤ ਨੇ ਹੀ ਦਿੱਤੇ ਨੇ ਨਾ ਜੇ ਉਹ ਆਰਗਨਸ ਨਾ ਹੁੰਦੇ ਫਿਰ ਅਸੀਂ ਕਿਵੇਂ ਬੋਲ ਲੈਂਦੇ ਤੇ ਇਹ ਆਰਗਨ ਜਿਹੜੇ ਨੇ ਨਾ ਇਹ ਸਾਰੇ ਮਨੁੱਖ ਦੀ ਜ਼ਰੂਰਤ ਨੇ ਤੇ ਕੁਦਰਤ ਵੀ ਕਿਤੇ ਨਾ ਕਿਤੇ ਇਹ ਚਾਹਂਦੀ ਹੈ ਕਿ ਅਸੀਂ ਆਪਣੇ ਇਸ ਗੁਣ ਦੀ ਵਰਤੋਂ ਕਰੀਏ ਫਿਰ ਅਸੀਂ ਗੱਲ ਕਰਾਂਗੇ ਕਿ ਭਾਸ਼ਾ ਜਿਹੜੀ ਹੈ ਨਾ ਉਪਰੀ ਵਰਤਨਸ਼ੀਲ ਹੁੰਦੀ ਹੈ ਤੇ ਭਾਸ਼ਾ ਜੋ ਹੈ ਉਹ ਵਿਚਾਰ ਵਟਾਅੰਦਰੇ ਦਾ ਮਾਧਿਅਮ ਹੁੰਦੀ ਹੈ ਮਤਲਬ ਕਿ ਸੰਚਾਰ ਦਾ ਮਾਧਿਅਮ ਹੁੰਦੀ ਹੈ ਤੇ ਭਾਸ਼ਾ ਸਰਵ ਵਿਆਪਕਤਾ ਦੀ ਧਾਰਣੀ ਹੁੰਦੀ ਹੈ ਵਰਲਡ 'ਚ ਨਾ ਕੋਈ ਵੀ ਅਜਿਹਾ ਸਮਾਜ ਨਹੀਂ ਜਿੱਥੇ ਕੋਈ ਨਾ ਕੋਈ ਭਾਸ਼ਾ ਨਾ ਬੋਲੀ ਜਾਂਦੀ ਹੋਵੇ ਕਿ ਹੈ ਭਾਸ਼ਾ ਵਰਲਡ 'ਚ ਸਰਵ ਵਿਆਪਕ ਹੈ ਮਤਲਬ ਕਿ ਸਾਰੀਆਂ ਥਾਵਾਂ ਤੇ ਹੈ ਕੋਈ ਜਿਹੜਾ ਸਮਾਜ ਨਹੀਂ ਜਿਹਦੇ ਵਿੱਚ ਕੋਈ ਭਾਸ਼ਾ ਨਾ ਹੋਵੇ ਆਓ ਬੱਚੋ ਗੱਲ ਕਰੀਏ ਕਿ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਕਿਉਂਕਿ ਕੁਐਸਚਨ ਆ ਜਾਂਦਾ ਏਵੇਂ ਕਿ ਭਾਸ਼ਾ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਕੈਰੈਕਟਰੀਸਟਿਕਸ ਵੀ ਕਹਿ ਸਕਦੇ ਹੋ ਭਾਸ਼ਾ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਕਿਸੇ ਵੀ ਸਮਾਜ ਨੂੰ ਜੇਕਰ ਉਹ ਸਮਾਜ ਨੂੰ ਸਮਝਣਾ ਹੋਵੇ ਨਾ ਉਸ ਸਮਾਜ ਦੀ ਲੈਂਗੁਏਜ ਸਿੱਖ ਲਓ ਇਸ ਲਈ ਜੋ ਹੈ ਸ਼ੀਸ਼ਾ ਹੁੰਦੀ ਹੈ ਜੇ ਕਿਸੇ ਸਮਾਜ ਨੂੰ ਸਮਝਣਾ ਹੋਵੇ ਤਾਂ ਇਹ ਗੱਲ ਆ ਗਈ ਹੈ ਕਿ ਉਹਨੂੰ ਸਮਾਜ ਨੂੰ ਜੋ ਹੈ ਸਮਝਣਾ ਹੋਵੇ ਤੇ ਭਾਸ਼ਾ ਨੂੰ ਸਮਝ ਲਓ ਪਹਿਲਾਂ ਪਾਸ਼ਾ ਧੁਨੀਆਂ ਉੱਤੇ ਅਧਾਰਿਤ ਹੁੰਦੀ ਹੈ ਤੇ ਧੁਨੀਆਂ ਤੁਹਾਨੂੰ ਦੱਸਿਆ ਹੈ ਕਿ ਊੜ ਆੜ ਆਈੜੀ ਸਸਹਾ ਹਿੰਦੀ ਚ ਧੁਨੀਆਂ ਹੁੰਦੀਆਂ ਨੇ ਛੋਟਾ ਆ ਬੜਾ ABC ਅੰਗਰੇਜ਼ੀ ਚ ਧੁਨੀਆਂ ਉੱਤੇ ਅਧਾਰਿਤ ਹੁੰਦੀ ਹੈ ਜੋ ਇੱਕ ਤਰਤੀਬ ਵਿੱਚ ਹੁੰਦੀਆਂ ਨੇ ਤੇ ਉਹਨਾਂ ਦਾ ਵਿਗਿਆਨਿਕ ਆਧਾਰ ਹੁੰਦਾ ਹੈ ਉਹਨਾਂ ਦਾ ਵਿਗਿਆਨਿਕ ਆਧਾਰ ਹੁੰਦਾ ਹੈ ਮੂੰਹ ਅਤੇ ਸੰਗ ਦੀ ਸਹਾਇਤਾ ਨਾਲ ਨਾਲ ਉਹ ਉਚਾਰੀਆਂ ਜਾਂਦੀਆਂ ਨੇ ਮੂੰਹ ਰਾਹੀਂ ਤੇ ਗਲੇ ਦੇ ਰਾਹੀਂ ਉਹ ਫੇਫੜੇ ਰਾਹੀਂ ਜਦੋਂ ਇਹਨਾਂ ਸਾਰੇ ਆਰਗਨਸ ਦਾ ਯੂਜ਼ ਕਰਕੇ ਅਸੀਂ ਜੋ ਹੈ ਕੋਈ ਵੀ ਲੈਂਗੁਏਜ ਬੋਲਦੇ ਹਾਂ ਤੇ ਇਹ ਵਾਲੀ ਬੇਟਾ ਜਿਹੜਾ ਜਿਹੜੀ ਗੱਲ ਹੈ ਨਾ ਕਿ ਉਹਨਾਂ ਦਾ ਇੱਕ ਵਿਗਿਆਨਿਕ ਆਧਾਰ ਹੁੰਦਾ ਹੈ ਇਹ ਤੁਹਾਨੂੰ ਇੱਕ ਦਿਨ ਦੱਸੂਗੀ ਕਿ ਜਿਹੜੀਆਂ ਧੁਨੀਆਂ ਹੁੰਦੀਆਂ ਨੇ ਨਾ ਉਵਰਗਾਂ 'ਚ ਵੰਡੀਆਂ ਹੁੰਦੀਆਂ ਨੇ ਕੁਝ ਧੁਨੀਆਂ ਸਵਰ ਹੁੰਦੀਆਂ ਨੇ ਕੁਝ ਵਿਅੰਜਨ ਹੁੰਦੀਆਂ ਨੇ ਤੇ ਇੱਕ ਵਰਗ ਚ ਵਰਗ ਟ ਵਰਗ ਐਵੇਂ ਕਰਕੇ ਉਹ ਵਰਗਾਂ 'ਚ ਵੰਡੀਆਂ ਹੁੰਦੀਆਂ ਨੇ ਇਹਨਾਂ ਦਾ ਇੱਕ ਵਿਗਿਆਨਿਕ ਆਧਾਰ ਹੁੰਦਾ ਤੁਸੀਂ ਦੇਖੋਗੇ ਕਕੇ ਇੱਕ ਵਰਗ ਵਾਲੀਆਂ ਮੰਨ ਲਓ ਕਿ ਕ ਖ ਗ ਗ ਸਾਰੀਆਂ ਨੂੰ ਤੁਸੀਂ ਸੇਮ ਆਰਗਨ ਯੂਜ਼ ਕਰਕੇ ਬੋਲੋਗੇ ਫਿਰ ਅੱਗੇ ਜਿਹੜੀਆਂ ਚਵਰਗ ਵਾਲੀਆਂ ਨੇ ਨਾ ਚ ਚੇ ਵਾਲੀਆਂ ਚ ਛ ਜੋ ਜੋ ਦੇਖੋ ਤੁਸੀਂ ਸੇਮ ਆਰਗਨ ਯੂਜ਼ ਕਰੋਗੇ ਆਪਣੇ ਮੂੰਹ 'ਚ ਬੋਲ ਕੇ ਦੇਖ ਫਿਟ ਠੋ ਡੋ ਡੋ ਤੁਸੀਂ ਦੇਖੋਗੇ ਸੇਮ ਔਰਗਨ ਆਪਣੇ ਮੂੰਹ ਹੀ ਤੁਸੀਂ ਯੂਜ਼ ਕਰ ਰਹੇ ਹੋ ਇਸ ਲਈ ਇਹਨਾਂ ਦਾ ਇੱਕ ਵਿਗਿਆਨਿਕ ਆਧਾਰ ਇਹਨਾਂ ਦੇ ਪਿੱਛੇ ਕੰਮ ਕਰਦਾ ਹੈ ਤੇ ਭਾਸ਼ਾ ਜਿਹੜੀ ਹੁੰਦੀ ਹੈ ਨਾ ਹੋਰ ਅਸੀਂ ਕਹਿ ਸਕਦੇ ਹਾਂ ਐਦੀ ਅਸੀਂ ਗੱਲ ਕਰ ਰਹੀ ਸੀ ਨਾ ਐਦੀ ਭਾਸ਼ਾ ਦੀ ਵਿਸ਼ੇਸ਼ਤਾਵਾਂ ਦੀ ਭਾਸ਼ਾ ਸਮਾਜ ਦੀ ਧੇਨ ਹੁੰਦੀ ਹੈ ਭਾਸ਼ਾ ਰਾਹੀਂ ਸਮਾਜ ਦੀ ਤਰੱਕੀ ਹੁੰਦੀ ਹੈ ਤੇ ਭਾਸ਼ਾ ਅੰਦਰ ਕਈ ਉਪ ਭਾਸ਼ਾਵਾਂ ਹੁੰਦੀਆਂ ਨੇ ਇੱਕ ਭਾਸ਼ਾ ਅੰਦਰ ਬਹੁਤ ਸਾਰੀਆਂ ਉਪ ਭਾਸ਼ਾਵਾਂ ਹੁੰਦੀਆਂ ਨੇ ਨਾ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਇਹ ਕਿ ਜਿਹੜੀ ਲੈਂਗੁਏਜ ਹੁੰਦੀ ਹੈ ਜਿਵੇਂ ਹਿੰਦੀ ਹੈ ਉਹ ਸਾਰੀਆਂ ਥਾਵਾਂ ਤੇ ਇੱਕੋ ਜਿਹੀ ਹਿੰਦੀ ਨਹੀਂ ਬੋਲੀ ਜਾਂਦੀ ਉਹ ਵੱਖਰੀ ਵੱਖਰੀ ਭਾਣ ਦੀ ਹਿੰਦੀ ਬੋਲੀ ਜਾਂਦੀ ਹੈ ਪਿੰਡਾਂ ਵਿੱਚ ਵੱਖਰੀ ਤਰ੍ਹਾਂ ਦੀ ਤੇ ਕਸਬਿਆਂ ਵਿੱਚ ਕਿਸੇ ਵੱਖਰੀ ਤਰ੍ਹਾਂ ਦੀ ਮਤਲਬ ਕਿ ਉਹ ਮਿਕਸ ਹੋਈ ਜਾਂਦੀ ਹੈ ਜਾਂ ਭੂਗੋਲਿਕ ਆਧਾਰ ਵੀ ਹੁੰਦੇ ਨੇ ਕੁਝ ਐਨਾ ਇਸ ਇਸ ਕਾਰਨ ਲੈਂਗੁਏਜ ਜਿਹੜੀ ਹੁੰਦੀ ਹੈ ਉਪਭਾਸ਼ਾਵਾਂ ਬਣ ਜਾਂਦੀਆਂ ਨੇ ਬਹੁਤ ਸਾਰੀਆਂ ਉਪਭਾਸ਼ਾਵਾਂ ਹੁੰਦੀਆਂ ਨੇ ਉਪਭਾਸ਼ਾਵਾਂ ਤੇ ਅਣਗਿਣਤ ਨੇ ਵਰਲਡ 'ਚ ਫਿਰ ਅਸੀਂ ਵਿਸ਼ੇਸ਼ਤਾਵਾਂ ਵਿੱਚ ਕਹਿ ਸਕਦੇ ਹਾਂ ਕਿ ਭਾਸ਼ਾ ਦੀ ਕੀ ਵਿਸ਼ੇਸ਼ਤਾ ਹੈ ਕੀ ਭਾਸ਼ਾ ਨਾ ਸਥਿਰ ਵੀ ਹੁੰਦੀ ਹੈ ਤੇ ਪਰਿਵਰਤਨਸ਼ੀਲ ਵੀ ਹੁੰਦੀ ਹੈ ਹੁਣ ਦੇਖੋ ਪਤਾ ਨਹੀਂ ਕਿੰਨੀਆਂ ਸਦੀਆਂ ਹੋ ਗਈਆਂ ਇਸ ਲੈਂਗੁਏਜ ਨੂੰ ਬਣਿਆ ਅਸੀਂ ਚੇਂਜ ਕਰਦੇ ਆ ਇਹਨੂੰ ਪਰ ਪਰ ਥੋੜਾ ਬਹੁਤ ਕਿਤੇ ਨਾ ਕਿਤੇ ਥੋੜਾ ਬਹੁਤ ਚੇਂਜ ਕਰ ਲਿਆ ਜਾਂਦਾ ਪਰ ਉਹ ਨਹੀਂ ਕਿ ਅਸੀਂ ਪੂਰੀ ਚੇਂਜ ਕਰ ਲਈ ਕਿ ਤੇ ਦੁਨੀਆਂ ਚੇਂਜ ਕਰ ਲਈਆਂ ਜਾਂ ਕੁਝ ਨਹੀਂ ਕੁਝ ਅਕਰਾਂ ਦੀ ਬਨਾਵਟ ਥੋੜੀ ਬਹੁਤ ਚੇਂਜ ਹੋ ਜਾਂਦੀ ਹੈ ਪਰ ਇਹ ਸਥਿਰ ਰਹਿੰਦੀ ਹੈ ਤੇ ਜੀਵਤ ਜਿਹੜੀ ਭਾਸ਼ਾ ਹੁੰਦੀ ਹੈ ਨਾ ਮਤਲਬ ਜਿਹੜੀ ਅਜੇ ਤੱਕ ਚੱਲ ਰਹੀ ਹੈ ਉਹਦਾ ਕੋਈ ਅੰਤਿਮ ਰੂਪ ਨਹੀਂ ਹੁੰਦਾ ਕਿ ਅਸੀਂ ਕਵਾਂਗੇ ਕਿ ਬਸ ਅੱਜ ਤੋਂ ਬਾਅਦ ਇਹਦੇ ਵਿੱਚ ਕੁਝ ਚੇਂਜ ਨਹੀਂ ਹੋਏ ਅਜੇ ਆ ਨਹੀਂ ਹੁੰਦਾ ਲੈਂਗੁਏਜ ਜੋ ਹੈ ਚੇਂਜ ਹੁੰਦੀ ਰਹਿੰਦੀ ਹੈ ਤੇ ਭਾਸ਼ਾ ਸੰਜੋਗ ਆਤਮਕਤਾ ਤੋਂ ਵਿਜੋਗ ਆਤਮਕਤਾ ਵੱਲ ਵਿਕਾਸ ਕਰਦੀ ਹੈ ਕਿਵੇਂ ਕਠਿਨ ਅੱਖਰਾਂ ਨੂੰ ਛੱਡ ਕੇ ਨਾ ਹੁਣ ਅਸੀਂ ਸੋਖੇ ਅੱਖਰਾਂ ਵੱਲ ਜਾ ਰਹੇ ਹਾਂ ਪਹਿਲਾਂ ਪੰਜਾਬੀ ਚ ਵੀ ਪਹਿਲਾਂ ਸੰਸਕ੍ਰਿਤ ਦੇ بڑے ਅੱਖਰ ਹਿੰਦੀ ਚ ਬਹੁਤ ਜ਼ਿਆਦਾ ਬੋਲੇ ਜਾਂਦੇ ਸੀਗੇ ਅੱਜ ਕੱਲ ਕੀ ਹੋ ਗਿਆ ਲੋਕੀ ਆਪਣੇ ਬੋਲੇ ਦੇ ਲਈ ਸੋਖ ਦੇ ਲਈ ਉਹਨਾਂ ਨੂੰ ਛੱਡਦੇ ਜਾ ਰਹੇ ਨੇ ਤੇ ਬਿਲਕੁਲ ਆਸਾਨ ਜੇ ਵਰਡ ਬੋਲਨੇ ਆਰੰਭ ਹੋ ਗਏ ਭਾਸ਼ਾ ਮਨੁੱਖ ਦੀ ਸੰਗੀ ਸਾਥੀ ਹੈ ਹਰ ਇੱਕ ਭਾਸ਼ਾ ਦੇ ਨਿਯਮ ਆਪਣੀ ਸੁਤੰਤਰ ਹੋਂਦ ਰੱਖਦੇ ਨੇ ਤੇ ਭਾਸ਼ਾ ਦਾ ਜਿਹੜਾ ਅਸਲ ਸਰੂਪ ਹੈ ਨਾ ਉਹ ਮਨੁੱਖ ਦੇ ਉਚਾਰਨ ਢੰਗ ਤੋਂ ਹੀ ਸਾਹਮਣੇ ਆਂਦਾ ਜਿਵੇਂ ਆਂਦਾ ਜਿਵੇਂ ਬੰਦਾ ਬੋਲ ਰਿਹਾ ਨਾ ਜਿਵੇਂ ਅੰਗਰੇਜ਼ ਜੋ ਹੈ ਟ ਨੂੰ ਕੁਝ ਹੋਰ ਹੀ ਬੋਲਦੇ ਨੇ ਤਾ ਨੂੰ ਟ ਬੋਲਦੇ ਨੇ ਉਹ ਤੇ ਆਪਣੇ ਜਿਹੜੇ ਪੰਜਾਬੀ ਲੋਕੀ ਨੇ ਉਹ ਜਿਹੜੀਆਂ ਮਹਾਪ੍ਰਾਣ ਧੁਨੀਆਂ ਨੇ ਉਹਨਾਂ ਉੱਤੇ ਬਹੁਤਾ ਜ਼ੋਰ ਦੇ ਕੇ ਬੋਲਦੇ ਆ ਅਸੀਂ ਬਿਹਾਰੀ ਉੱਤੇ ਬਹੁਤਾ ਜ਼ੋਰ ਦੇ ਕੇ ਬੋਲਦੇ ਆ ਇਹਨਾਂ ਨੂੰ ਕਿਹਾ ਜਾਂਦਾ ਹੈ ਇਹ ਭਾਸ਼ਾ ਦਾ ਜਿਹੜਾ ਉਚਾਰਨ ਢੰਗ ਨਾਲ ਜੋ ਹੈ ਅਸਲ ਸਰੂਪ ਸਾਹਮਣੇ ਆਉਂਦਾ ਹੈ ਦੇਖੋ ਬੇਟਾ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਭਾਸ਼ਾ ਜਿਹੜੀ ਹੈ ਨਾ ਹੈ ਤੇ ਉਹ ਪਰਿਵਰਤਨਸ਼ੀਲ ਪਰ ਇਹਦੇ ਪਰਿਵਰਤਨ ਕਿਹਨਾ ਕਾਰਨ ਕਰਕੇ ਇਹਦੇ ਵਿੱਚ ਪਰਿਵਰਤਨ ਹੁੰਦੇ ਰਹਿੰਦੇ ਨੇ ਲੈਂਗੁਏਜ ਵਿੱਚ ਕਿਉਂ ਰੂਪਾਂਤਰਣ ਕਿਉਂ ਹੋਈ ਜਾਂਦਾ ਹੈ ਇਹਦੇ ਵਿੱਚ ਉਹਦੇ ਬਾਰੇ ਜਦੋਂ ਅਸੀਂ ਗੱਲ ਕਰਾਂਗੇ ਫਿਰ ਅਸੀਂ ਕਵਾਂਗੇ ਕਿ ਇੱਕ ਪਹਿਲਾ ਇਹਦਾ ਜਿਹੜਾ ਕਾਰਨ ਹੈ ਨਾ ਉਹ ਹੈ ਜੀਓਗ੍ਰਾਫੀਕਲ ਡਿਫਰੈਂਸਸ ਜੀਓਗ੍ਰਾਫੀਕਲ ਡਿਫਰੈਂਸਸ ਹੁੰਦਾ ਤੁਸੀਂ ਦੇਖੋਗੇ ਜਿਹੜੇ ਪਹਾੜੀ ਲੋਕ ਹੁੰਦੇ ਨੇ ਨਾ ਉਹ ਸਾਡੇ ਨਾਲੋਂ ਕਾਦੀਚ ਵੀ ਬੋਨੇ ਹੁੰਦੇ ਨੇ ਤੇ ਉਹਨਾਂ ਦੇ ਉੱਤੇ ਡੰਗਰ ਬੱਚੇ ਵੀ ਤੁਸੀਂ ਦੇਖਣਾ ਛੋਟੇ-ਛੋਟੇ ਹੋਣਗੇ ਤੇ ਉਹ ਉਹ ਲੋਕੀ ਬੋਲਣ ਵੇਲੇ ਨਾ ਜਾਦੇ ਮੂੰਹ ਨਹੀਂ ਖੋਲਦੇ ਇਸ ਲਈ ਉਹਨਾਂ ਦਾ ਜਿਹੜਾ ਹੈ ਨਾ ਭਾਸ਼ਾ ਜਿਹੜੀ ਹੈ ਬੇਸ਼ੱਕ ਉਹ ਬੋਲਣਗੇ ਹਿੰਦੀ ਹੋਈ ਪਰ ਉਹਦਾ ਬੋਲਣ ਦਾ ਕੁਝ ਢੰਗ ਵੱਖਰਾ ਹੋਏਗਾ ਇਹ ਉਹਦਾ ਜੀਓਗ੍ਰਾਫੀਕਲ ਡਿਫਰੈਂਸ ਫਿਰ ਸਰੀਰਕ ਭੇਦਕਰਨ ਇਹ ਸਾਡਾ ਅੰਗਰੇਜ਼ਾਂ ਨਾਲ ਐਦੀ ਗੱਲ ਹੋਏਗੀ ਜਦੋਂ ਅੰਗਰੇਜ਼ ਪੰਜਾਬ ਪੰਜਾਬੀ ਬੋਲਦੇ ਨੇ ਨਾ ਤਾਂ ਭਾਸ਼ਾ ਦਾ ਵਿਕ੍ਰਿਤ ਰੂਪ ਸਾਹਮਣੇ ਆਂਦਾ ਜਿਵੇਂ ਰੋਪੜ ਨੂੰ ਕਹਣਗੇ ਰੋਪਰ ਤੇ ਜਗਤਾਰ ਨੂੰ ਕਹਣਗੇ ਜਗਟਾਰ ਤੇ ਫਿਰ ਬੇਟਾ ਹੋਰ ਦੇਖੋ ਕੀ ਕਾਰਨ ਹੈ ਭਾਸ਼ਾ ਦੇ ਰੂਪਾਂਤਰਣ ਦਾ ਜੇ ਅਸੀਂ ਆਪਣੇ ਉਚਾਰਨ ਦੀ ਸਹੂਲियत ਕਰਨਾ ਰੂਪਾਂਤਰਣ ਕਰ ਲੈਂਦੇ ਆ ਆਪਈ ਲੈਂਗੁਏਜ ਵਿੱਚ ਜਿਵੇਂ ਖੰਡ ਪਾ ਅਖੰਡ ਪਾਠ ਨੂੰ ਅਸੀਂ ਬੋਲਦੇ ਆ ਸਾਰੇ ਖੰਡ ਪਾਠ ਆਨੰਦ ਕਾਰਜ ਨੂੰ ਬੋਲਦੇ ਆ ਆਨੰਦ ਕਾਰਜ ਤੇ ਹਸਪੀਟਲ ਨੂੰ ਹਸਪਤਾਲ ਬੋਲੇ ਜਾਂਦੇ ਆ ਆਪਣੀ ਸਹੂਲਤ ਲਈ ਬੋਲ ਦਿੰਦੇ ਆ ਆਪਾਂ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਜਿਵੇਂ ਪੰਜਾਬੀ ਵਿੱਚ ਜਿਹੜੇ ਵੀ ਸ਼ਾਮਿਲ ਹੋਏ ਨਾ ਪਰ ਤੁਸੀਂ ਉਹਨਾਂ ਨੂੰ ਨਾ ਆਪਣੀ ਸਹੂਲਤ ਅਨੁਸਾਰ ਚੇਂਜ ਕਰ ਲੈਂਦੇ ਆ ਜਿਹੜੇ ਹੋਰ ਕੁਇਟਾਫ ਅੱਖਰ ਸ਼ਾਮਿਲ ਹੋਏ ਪੰਜਾਬੀ ਚ ਅਸੀਂ ਆਪਣੀ ਸਹੂਲਤ ਨਾਲ ਚੇਂਜ ਕਰ ਲੈਂਦੇ ਆ ਉਹਨਾਂ ਨੂੰ ਫਿਰ ਮਾਨਸਿਕ ਪੱਧਰ ਜਿਹੜਾ ਹੁੰਦਾ ਉਹ ਵੀ ਡਿਪੈਂਡ ਕਰਦਾ ਹੈ ਭਾਸ਼ਾ ਦੇ ਰੂਪਾਂਤਰਣ ਉੱਤੇ ਪੜ੍ਹੇ ਲਿਖੇ ਤੇ ਅਨਪੜ੍ਹ ਲੋਕੀ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਬੋਲਣ ਟਾਂਗੀ ਚ ਬਹੁਤ ਫਰਕ ਹੁੰਦਾ ਜਿਵੇਂ ਬੰਗਾਲੀ ਲੋਕ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਉਚਾਰਣ ਵਿੱਚ ਤਿਬਰਤਾ ਹੁੰਦੀ ਹੈ ਤੇ ਮਦਰਾਸੀਆਂ ਦੇ ਉਚਾਰਣ ਵਿੱਚ ਜੋ ਹੈ ਉਹਨਾਂ ਦੀ ਮਦਰਾਸੀ ਬੋਲੀ ਬੜੀ ਕਠਿਨ ਹੁੰਦੀ ਹੈ ਤੇ ਹੋਰ ਅਸੀਂ ਕਹਿ ਸਕਦੇ ਹਾਂ ਅਗਲਾ 5ਵਾਂ ਕਾਰਨ ਹੈ ਇਹਦੇ ਰੂਪਾਂਤਰਣ ਦਾ ਰਿਸਪੈਕਟ ਭਾਵ ਕਾਰਨ ਵੀ ਰੂਪਾਂਤਰਣ ਹੋ ਜਾਂਦੇ ਨੇ ਜਿਸੇ ਨੂੰ ਅਸੀਂ ਗਲਤ ਨਹੀਂ ਨਾ ਬੋਲਣਾ ਚਾਹੁੰਦੇ ਅੰਨੇ ਬੰਦੇ ਨੂੰ ਅਸੀਂ ਕਹਿ ਦਿੰਦੇ ਹਾਂ ਸੂਰਦਾਸ ਆਪਣੇ ਘਰ ਨੂੰ ਕਹਿ ਦੇਵਾਂਗੇ ਗਰੀਬਖਾਨਾ ਭੋਜਨ ਨੂੰ ਕਹਿ ਦੇਵਾਂਗੇ ਪ੍ਰਸ਼ਾਦ ਤੇ ਫਿਰ ਹੋਰ ਕੀ ਕਾਰਨ ਹੈ ਰੂਪਾਂਤਰਣ ਦਾ ਵਿਅੰਗ ਕਾਰਨ ਜਿਵੇਂ ਕੋਈ ਬੇਲਾ ਬੰਦਾ ਹੁੰਦਾ ਨਾ ਉਹਨੂੰ ਬੇਲੜ ਬੰਦੇ ਨੂੰ ਅਸੀਂ ਕਹਿ ਦਿੰਦੇ ਹਾਂ ਜਿਵੇਂ ਰੋਡ ਇਨਸਪੈਕਟਰ ਲੱਗਿਆ ਹੋਇਆ ਠੀਕ ਹੈ ਨਾ ਜਿਵੇਂ ਕਾਲੇ ਬੰਦੇ ਨੂੰ ਕਹਿ ਦੇਣਾ ਤਵੇ ਤੋਂ ਵੀ ਗੋਰਾ ਕੀ ਕਹਿ ਦੇਣਾ ਤਵੇ ਤੋਂ ਵੀ ਗੋਰਾ ਇਹਦੇ ਚ ਵਿਅੰਗ ਵੀ ਕੰਮ ਕਰ ਰਿਹਾ ਤੇ ਜੋ ਹੈ ਭਾਸ਼ਾ ਦਾ ਰੂਪਾਂਤਰਣ ਵੀ ਹੋ ਰਿਹਾ ਫਿਰ ਹੋਰ ਬਹੁਤ ਸਾਰੇ ਬਾੜਲੇ ਪ੍ਰਭਾਵ ਜਿਹੜੇ ਨੇ ਪੰਜਾਬੀ ਪੰਜਾਬ ਕਿਉਂਕਿ ਬੇਟਾ ਤੁਹਾਨੂੰ ਪਤਾ ਹੈ ਸਾਰੇ ਤੁਹਾਡੇ ਟੀਚਰਸ ਨੇ ਜੇ ਬਾਕੀ ਸਟੂਡੈਂਟ ਸੁਣ ਰਹੇ ਨੇ ਮੇਰੇ ਕਾਲਜ ਤੋਂ ਇਲਾਵਾ ਤੁਹਾਨੂੰ ਪਤਾ ਹੋਏਗਾ ਕਿ ਪੰਜਾਬ ਜੋ ਹੈ ਸੀਮਾਵਰਤੀ ਲਾਕਾ ਰਿਹਾ ਹੈ ਤੇ ਹਮੇਸ਼ਾ ਹੀ ਜਿਹੜੇ ਹਮਲਾਵਰ ਨੇ ਨਾ ਪੁਰਾਣੇ ਸਮੇਂ 'ਚ ਜਿਹੜੇ ਹਮਲਾਵਰ ਆਉਂਦੇ ਰਹੇ ਮੁਸਲਿਮ ਲੋਕ ਹੀ ਆਉਂਦੇ ਰਹੇ ਜਾਂ ਕੋਈ ਹੋਰ ਵੀ ਹਮਲਾਵਰ ਆਉਂਦੇ ਰਹੇ ਉਹ ਪੰਜਾਬ ਤੋਂ ਹੀ ਹੋ ਕੇ ਆਉਂਦੇ ਰਹੇ ਕਿਉਂਕਿ ਇਹ ਮੈਦਾਨੀ ਇਲਾਕਾ ਚੀਗਾ ਤੇ ਸਭ ਤੋਂ ਪਹਿਲਾਂ ਜੇਕਰ ਹੱਲਿਆਂ ਦਾ ਅਕੀਸੇ ਵੀ جنگ ਯੁੱਧ ਦਾ ਸਾਹਮਣਾ ਜੇਕਰ ਕਰਨਾ ਪੈਂਦਾ ਸੀ ਉਹ ਪੰਜਾਬੀ ਲੋਕਾਂ ਨੂੰ ਕਰਨਾ ਪੈਂਦਾ ਸੀਗਾ ਤੇ ਫਿਰ ਇਹ ਤੇ ਨਹੀਂ ਹੁੰਦਾ ਸੀ ਕਿ ਉਹ ਲੋਕੀ ਇੱਕ ਇੱਕ ਦਿਨ ਵਿੱਚ ਜਾਂ ਇੱਕ ਘੰਟੇ ਵਿੱਚ ਬਸ ਹਮਲਾ ਕਰਕੇ ਵਾਪਸ ਚਲੇ ਜਾਂਦੇ ਸੀਗੇ ਨਹੀਂ ਉਹ ਲੋਕੀ ਪੈਦਲ ਹੁੰਦੇ ਸੀਗੇ ਘੋੜਿਆਂ ਤੇ ਹੁੰਦੇ ਸੀਗੇ ਉਹਨਾਂ ਨੂੰ ਇੱਥੇ ਕਈ ਕਈ ਸਾਲ ਇੱਥੇ ਰਹਿਣਾ ਪੈਂਦਾ ਸੀ ਫਿਰ ਜਿੱਤਨੇ ਪੈਂਦੇ ਸੀ ਉਹਨਾਂ ਨੂੰ ਇੱਥੇ ਦੇ ਲਾ ਕੇ ਤੇ ਫਿਰ ਕੀ ਹੁੰਦਾ ਸੀ ਆਪਸੀ ਚ ਸੱਭਿਆਚਾਰ ਦਾ ਸੰਸਕ੍ਰਿਤੀ ਦਾ ਆਪਸੀ ਚ ਬਦਲਾਅ ਹੁੰਦਾ ਸੀ ਜਿਵੇਂ ਸਾਡੇ ਕਰ ਜੇਕਰ ਕੋਈ ਫੋਰਨ ਤੋਂ ਆ ਕੇ ਜਾਂ ਕਿਤੇ ਹੋਰ ਦੀ ਬੰਦਾ ਕੋਈ ਆ ਕੇ ਰਹਿਣ ਲੱਗ ਜਾਏ ਨਾ ਜਾਂ ਤੇ ਉਹ ਸਾਡੀ ਲੈਂਗੁਏਜ ਅਪਣਾਏਗਾ ਜਾਂ ਅਸੀਂ ਉਹਦੀ ਲੈਂਗੁਏਜ ਦਾ ਪ੍ਰਭਾਵ ਆਪਣੇ ਉੱਤੇ ਕਬੂਲ ਕਰ ਲੈਂਦੇ ਆਂ ਐਈਓ ਪੰਜਾਬ ਦੇ ਲੋਕਾਂ ਨਾਲ ਹੋਇਆ ਤੇ ਅਸੀਂ ਜੋ ਹੈ ਉਹਨਾਂ ਲੋਕਾਂ ਦੀ ਅਰਬੀ ਫਾਰਸੀ ਦੇ ਵਰਡ ਬਹੁਤ ਸਾਰੇ ਫ੍ਰੈਂਚ ਲੋਕਾਂ ਦੇ ਵਰਡ ਜਿਹੜੇ ਵੀ ਆਏ ਮਤਲਬ ਕਿ ਅਸੀਂ ਮੈਦਾਨੀ ਇਲਾਕੇ ਤੋਂ ਪਰਸ਼ੀਅਨ ਲੋਕੀ ਅਸੀਂ ਉਹਨਾਂ ਦੀ ਲੈਂਗੁਏਜ ਦਾ ਪ੍ਰਭਾਵ ਆਪਣੇ ਉੱਤੇ ਕਬੂਲ ਕਰ ਲਿਆ ਵਿੱਚ ਮੈਨੂੰ ਉਮੀਦ ਹੈ ਸਮਝ ਆ ਗਿਆ ਹੋਵੇਗਾ ਤੁਹਾਨੂੰ ਜੇ ਤੁਹਾਨੂੰ ਚੰਗਾ ਲੱਗੇਗਾ ਆਪਣੇ ਬਾਕੀ ਦੋਸਤਾਂ ਨੂੰ ਮਿੱਤਰਾਂ ਨੂੰ ਵੀ ਦੱਸਣਾ ਤੁਹਾਡੇ ਲਈ ਵੀਡੀਓਜ਼ ਬਣਾਉਂਦੀ ਰਾਵਾਂਗੀ ਤਾਂ ਜੋ ਤੁਹਾਡਾ ਜੋ ਹੈ 3rd ਸੈਮੈਸਟਰ ਦਾ 14th ਪੇਪਰ ਬਹੁਤ ਚੰਗੀ ਤਰ੍ਹਾਂ ਤੁਹਾਡਾ ਕਲੀਅਰ ਹੋ ਜਾਏ ਓਕੇ ਬੇਟਾ ਧੰਨਵਾਦ